ਜੀ ਇਹ ਸਿਟੀ ਦੇ ਵਿੱਚ ਫੇਰ ਅਸੀਂ ਆਏ ਸਾਂ ਮੈਂ ਚਲੋ ਕੋਈ ਵੀਡੀਓ ਸ਼ੀਡੀਓ ਬਣਾ ਲਈਏ ਤੇ ਚਲੋ ਅੱਗੋਂ ਦੇਖਦੇ ਹਾਂ ਕਿ ਕੀ ਕੋਈ ਅੱਛੀ ਪੁਆਇੰਟ ਲੱਭਦਾ ਕਿਉਂਕਿ ਇੱਥੇ ਪਾਰਕਿੰਗ ਦੀ ਬੜੀ ਪ੍ਰੋਬਲਮ ਹੁੰਦੀ ਹੈ ਅੱਜ ਕਾਰ 'ਤੇ ਲੱਗੇ ਆਏ ਹਾਂ ਅਤੇ ਚਲੋ ਜਿਉਂ ਹੀ ਕੋਈ ਪਾਰਕਿੰਗ ਦਾ ਕੋਈ ਹਿਸਾਬ ਤਾਂ ਕਿਧਰੇ ਨਜ਼ਦੀਕ ਲੱਗਦਾ ਅਤੇ ਫਿਰ ਅਸੀਂ ਇੱਦਾਂ ਕੁਛ ਦੇਖਦੇ ਹਾਂ ਕੀ ਚੱਕਰ ਹੈ ਕੀ ਨਹੀਂ ਹੈ ਅਤੇ ਚਲੋ ਅੱਗੇ ਮਿਲਦੇ ਹਾਂ ਬਹੁਤ ਪਿਆਰਾ ਕੋਸ਼ਿਸ਼ ਕਰਨਾ ਮੈਂ ਕਿਧਰੇ ਕਾਰ ਖੜੀ ਕਰਕੇ ਨਾ ਤਾਂ ਇਸ ਬ੍ਰਿਜ ਤੱਕ ਪਹੁੰਚ ਜਾਂਦੀ ਅਗਰ ਤਾਂ ਨਜ਼ਦੀਕ ਪਾਰਕਿੰਗ ਮਿਲ ਗਈ ਅਤੇ ਫਿਰ ਅਗਰ ਨਾ ਮਿਲੀ ਤਾਂ ਫਿਰ ਸਰ ਮੁਸ਼ਕਿਲ ਹੀ ਫਿਰ ਕਿਸੇ ਹੋਰ ਦਿਨ ਇੱਥੇ ਆਵਾਂਗੇ ਤਾਂ ਫਿਰ ਬਣਾਵਾਂਗੇ ਦੇਖੋ ਇਸ ਬ੍ਰਿਜ ਨੂੰ ਸੋਰੀ ਲਿਫੀ ਰਿਵਰ ਉੱਪਰ ਟ੍ਰੇਨ ਦਾ ਬ੍ਰਿਜ ਬਣਿਆ ਦਾ ਜੀ ਜਿੱਥੇ ਵਿਦੇਸ਼ ਦੇ ਸਾਰਿਆਂ ਨੇ ਲਗਵਾਉਣੇ ਹੁੰਦੇ ਨੇ ਇਹ ਜਗ੍ਹਾ
ਹੈ ਕਰੋਨਾ ਦਾ ਕਰਕੇ ਤੁਹਾਨੂੰ ਸਾਰਾ ਸਨਾਟਾ ਨਜ਼ਰ ਆ ਰਿਹਾ ਲੇਕਿਨ ਇੱਥੇ ਸਨਾਟਾ ਨਹੀਂ ਜੇ ਹੁੰਦਾ ਇੱਥੇ ਟ੍ਰੈਫਿਕ ਵੀ ਬੇਸ਼ੁਮਾਰ ਘੰਟਿਆਂ ਦੇ ਘੰਟੇ ਲੱਗ ਜਾਂਦੇ ਨੇ ਘੰਟੇ ਤਾਂ ਨਹੀਂ ਬਹੁਤੇ ਗਏ ਤਾਂ ਮੈਂ ਲੇਕਿਨ ਇਹ ਹੈ ਕਿ 15-20 ਮਿੰਟ ਤੁਹਾਨੂੰ ਇੱਥੋਂ ਕ੍ਰਾਸ ਕਰਦਿਆਂ ਲੱਗ ਜਾਂਦੇ ਅਤੇ ਹਰ ਪਾਸੇ ਵਾਮ ਹੀ ਵਾਮ ਹੁੰਦੀ ਦੋਨਾਂ ਸਾਈਡਾਂ 'ਤੇ ਬ੍ਰਿਜ ਵੀ ਸਾਰੇ ਪਰਚੇ ਹੁੰਦੇ ਨੇ ਲੇਕਿਨ ਉਹ ਇਹ ਕਰਨਾ ਹੈ ਕਿ ਕਰੋਨਾ ਨੇ ਹਰ ਚੀਜ਼ ਨੂੰ ਬੰਦ ਕੀਤਾ ਦਾ ਹਰ ਸ਼ਹਿਰ ਨੂੰ ਬੰਦ ਕੀਤਾ ਦਾ ਲੱਗ ਰਿਹਾ ਸਭ ਦੁਕਾਨਾਂ ਸ਼ੁਕਾਨਾਂ ਬੰਦ ਨੇ ਬੰਦਾ ਕੋਈ ਨਹੀਂ ਬੰਦੇ ਬਹੁਤ ਘੱਟ ਤੁਹਾਨੂੰ ਨਜ਼ਰ ਆ ਰਹੇ ਨੇ ਲੇਕਿਨ ਇਹ ਹੈ ਕਿ ਜਦੋਂ ਕਰੋਨਾ ਦੇ ਹਾਲਾਤ ਠੀਕ ਹੋਣਗੇ ਤੁਹਾਨੂੰ ਇੱਕ ਵਾਰੀ ਫਿਰ ਐਸੀ ਜਗ੍ਹਾ 'ਤੇ ਬਣਾ ਕੇ ਅਤੇ ਮੈਂ ਦਿਖਾਵਾਂਗਾ ਅਤੇ ਤੁਹਾਨੂੰ ਪਤਾ ਲੱਗੇ ਕਿੰਨੀ ਟ੍ਰੈਫਿਕ ਹੈ ਤੁਹਾਨੂੰ ਰੋਡ ਤੁਹਾਨੂੰ ਖਾਲੀ ਨਜ਼ਰ ਆ ਰਹੇ ਨੇ ਕਿਉਂਕਿ ਉਹ ਰਿਸਟ੍ਰਿਕਸ਼ਨ ਹੈ 5 ਕਿਲੋਮੀਟਰ ਦੀ 5 ਕਿਲੋਮੀਟਰ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਅਤੇ ਜਿੱਦਾਂ ਕਰਕੇ ਅਤੇ ਇਹ ਸੀਨ ਹੋ ਰਿਹਾ ਕਿਸੇ ਨੂੰ ਚੈਨ ਦੀ ਨੀਂਦ ਸੁਵਾਏ ਅਤੇ ਕਿਸੇ ਨੂੰ ਰਾਤਾਂ ਨੂੰ ਜਗਾਏ ਰੋਟੀ ਪੁੱਤਾਂ ਨੂੰ ਮਾਵਾਂ ਤੋਂ ਦੂਰ ਲੈ ਕੇ ਜਾਏ ਰੋਟੀ ਮੁਲਕਾਂ ਨਾਲ ਮੁਲਕਾਂ ਨੂੰ ਮਸਲਿਆਂ ਚੋਂ ਮਸਲਾ ਲੱਗ ਗਏ ਤੇ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਬਣ ਜਾਣੀ ਮੈਂ ਦੂਰੋਂ ਹੀ ਹੱਥ ਜੋੜ ਤੇ ਪਰ ਅੱਜ ਵੀ ਚੇਤਾ ਭੁੱਲਦਾ ਨਹੀਂ।